ਬੀਤੇ ਦਿਨੀ ਖਬਰਾਂ ਸਾਹਮਣੇ ਆਈਆਂ ਸੀ ਕਿ ਪੰਜਾਬ ਦੇ ਕੁਝ ਪਿੰਡਾਂ ਦੇ ਵਿੱਚ ਪੰਚਾਇਤਾਂ ਦੇ ਵੱਲੋਂ ਝੋਨੇ ਦੀ ਲਵਾਈ ਨੂੰ ਲੈ ਕੇ ਮਜ਼ਦੂਰਾਂ ਦੇ ਲਈ ਮਤੇ ਪਾਸ ਕਰ ਦਿੱਤੇ ਗਏ ਨੇ, ਜਿਸ ਨੂੰ ਲੈ ਕੇ ਮਜ਼ਦੂਰਾਂ ਦੇ ਵਿੱਚ ਰੋਹ ਪਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਇਸ ਮੁੱਦੇ ਨੂੰ ਲੈ ਕੇ ਕਿਸਾਨਾਂ ਨੂੰ ਕਿਹਾ ਹੈ ਕਿ ਤੁਹਾਡੇ ਵੱਲੋਂ ਮਜ਼ਦੂਰਾਂ ਦੇ ਖਿਲਾਫ਼ ਮਤੇ ਨਹੀਂ ਪਾਏ ਜਾਣੇ ਚਾਹੀਦੇ, ਕਿਉਂਕਿ ਇਸ ਨਾਲ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਾਂਝ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਹ ਵੇਲਾ ਮਿਲ ਕੇ ਚੱਲਣ ਦਾ, ਤਾਂ ਹੀ ਅਸੀਂ ਕਾਲੇ ਕਾਨੂੰਨਾਂ ਤੋਂ ਛੁਟਕਾਰਾ ਪਾ ਸਕਾਂਗੇ। ਪੰਜਾਬ ਦੇ ਵਿੱਚ ਬੈਠੇ ਕਿਸਾਨ ਅਤੇ ਮਜ਼ਦੂਰ ਭਰਾਵੋ, ਮੈਂ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਪ੍ਰਧਾਨ ਭਾਰਤੀ ਕਿਸਾਨ ਏਕਤਾ ਉਗਰਾਹਾਂ, ਟਿੱਕਰੀ ਬਾਰਡਰ ਤੋਂ ਬੋਲ ਰਿਹਾ। ਲਗਭਗ 6 ਮਹੀਨਿਆਂ ਤੋਂ ਉੱਤੇ ਸਮਾਂ ਹੋ ਗਿਆ ਆਪਾਂ ਨੂੰ ਕਾਲੇ ਕਾਨੂੰਨਾਂ ਦੇ ਖਿਲਾਫ਼ ਇਸ ਮੋਰਚੇ ਲਾਏ ਹੋਏ ਨੇ ਅਤੇ ਡਟੇ ਹੋਏ ਆ। ਕਿਸਾਨਾਂ ਅਤੇ ਮਜ਼ਦੂਰਾਂ ਦੇ ਮੋਰਚੇ ਜਿੰਨੀ ਸ਼ਮੂਲੀਅਤ ਹੁੰਦੀ ਆ ਮਜ਼ਦੂਰਾਂ ਅਤੇ ਕਿਸਾਨਾਂ ਦੀ, ਕਿਉਂਕਿ ਜਿਹੜੇ ਇਹ ਕਾਲੇ ਕਾਨੂੰਨ ਨੇ ਇਹ ਵੱਡੀ ਪੱਧਰ 'ਤੇ ਉਹਨਾਂ ਲੋਕਾਂ ਨੂੰ ਜਿਹੜੇ PDS 'ਤੇ ਨਿਰਭਰ ਨੇ ਜਾਂ ਜਿਹੜੇ ਕਮਾ ਕਿਰਤ ਕਰਕੇ ਖਾਂਦੇ ਲੋਕ ਨੇ, ਇਹ ਕਾਨੂੰਨ ਉਹਨਾਂ ਵਾਸਤੇ ਬਹੁਤ ਮਾਰੂ ਨੇ। ਉਹ ਸਾਰੇ ਲੋਕ ਇਕੱਠੇ ਲੜ ਰਹੇ ਨੇ, ਇਸ ਕਰਕੇ ਇਹ ਅੰਦੋਲਨ ਹੈ ਜਿਹੜਾ ਇਕੱਲੇ ਕਿਸਾਨਾਂ ਦੀ ਨਹੀਂ ਰਿਹਾ, ਮਜ਼ਦੂਰਾਂ ਦਾ, ਛੋਟੇ ਦੁਕਾਨਦਾਰਾਂ ਦਾ, ਛੋਟੇ ਵਪਾਰੀਆਂ ਦਾ, ਛੋਟੇ ਕਾਰੋਬਾਰੀਆਂ ਦਾ ਅਤੇ ਮੁਲਾਜ਼ਮਾਂ ਦਾ, ਸਾਰਿਆਂ ਦਾ ਸਾਂਝਾ ਇਹ ਘੋਲ ਹੈ। ਅਤੇ ਇਹ ਤਕਰੀਬਨ 6 ਮਹੀਨਿਆਂ ਤੋਂ ਉੱਤੇ ਸਮਾਂ ਹੋ ਗਿਆ। ਇਹ ਚੱਲਦੇ ਘੋਲ ਦੌਰਾਨ ਖੇਤੀ ਦੇ ਕੰਮ ਧੰਦੇ ਵੀ ਚੱਲਦੇ ਨੇ। ਝੋਨਾ ਹੁਣ ਇਸ ਵੇਲੇ ਪੰਜਾਬ ਦੇ ਵਿੱਚ ਝੋਨੇ ਦਾ ਜ਼ੋਰ ਹੈ। ਅਕਸਰ ਜਦੋਂ ਝੋਨਾ ਲੱਗਦਾ ਹੁੰਦਾ ਹੈ ਪਿੰਡਾਂ ਦੇ ਵਿੱਚ ਇੱਕ ਰੱਟਾ ਛੱਡਦਾ ਹੈ ਕਿ ਪੰਚਾਇਤਾਂ ਮਤੇ ਪਾ ਦਿੰਦੇ ਨੇ ਕਿ ਮਜ਼ਦੂਰਾਂ ਨੂੰ ਦਿਹਾੜੀ ਇੰਨੀ ਦੇਵਾਂਗੇ, ਅਤੇ ਮਜ਼ਦੂਰ ਉਹ ਪ੍ਰਵਾਨ ਨਹੀਂ ਕਰਦੇ, ਉੱਥੇ ਰੌਲੇ ਖੜ੍ਹੇ ਹੁੰਦੇ ਨੇ। ਫਿਰ ਮਜ਼ਦੂਰ ਕਹਿੰਦੇ ਨੇ ਵੀ ਅਸੀਂ ਇੰਨੀ ਲਵਾਂਗੇ, ਉਹ ਪਿੰਡਾਂ ਦੇ ਵਿੱਚ ਰੱਟੇ ਹੁੰਦੇ ਨੇ, ਬਾਈਕਾਟ ਹੁੰਦੇ ਨੇ। ਇਸ ਕਿਸਮ ਦੀਆਂ ਗੱਲਾਂ ਤੋਂ ਸੁਚੇਤ ਰਹਿਣਾ ਚਾਹੀਦਾ। ਪੰਚਾਇਤਾਂ ਨੂੰ ਮਤੇ ਨਹੀਂ ਪਾਉਣੇ ਚਾਹੀਦੇ ਅਤੇ ਉਹਨਾਂ ਨਾਲ ਮਜ਼ਦੂਰਾਂ ਨੂੰ ਬਹਾ ਕੇ ਉਹਨਾਂ ਨਾਲ ਜਿਵੇਂ ਪਹਿਲਾਂ ਆਪਸ ਵਿੱਚ ਮਜ਼ਦੂਰ ਅਤੇ ਕਿਸਾਨ ਆਪਣੇ ਰੇਟ ਆਪਣੇ ਆਪ ਤੈਅ ਕਰ ਲੈਂਦੇ ਅਤੇ ਆਪਣੇ ਆਪ ਉਹ ਲੈਣ ਦੇਣ ਕਰਦੇ, ਜਿਵੇਂ ਪਿੱਛੇ ਵੀ ਤੂੜੀ ਵੀ ਢੁਆਈ ਹੈ, ਕਣਕ ਦਾ ਸੀਜ਼ਨ ਵੀ ਲੰਘਿਆ, ਉਦੋਂ ਵੀ ਕਿਸੇ 'ਤੇ ਮਜ਼ਦੂਰੀ ਦਾ ਕੋਈ ਰੌਲਾ ਨਹੀਂ ਪਿਆ। ਇਸੇ ਤਰ੍ਹਾਂ ਹਰ ਸਾਲ ਜਦੋਂ ਝੋਨਾ ਲਾਉਂਦੇ ਹਾਂ, ਝੋਨਾ ਲਾਉਣ ਤੋਂ ਪਹਿਲਾਂ ਅਕਸਰ ਪੁੱਛਦੇ ਹਾਂ ਵੀ ਕੀ ਰੇਟ ਚੱਲਦਾ, ਉਹ ਕਹਿੰਦੇ ਵੀ ਜਿਹੜਾ ਪਿੰਡ 'ਚ ਚੱਲੂਗਾ ਉਹੀ ਦੇ ਦੀ, ਉਹੀ ਰੇਟ ਉਹਨਾਂ ਦੇ ਉਹ ਲਾਉਂਦੇ ਨੇ। ਦੋ ਤਿੰਨ ਰੇਟ ਚੱਲਦੇ ਹੁੰਦੇ ਨੇ ਪਿੰਡਾਂ 'ਚ ਅਕਸਰ, ਉਹਨਾਂ ਦੇ ਵਿੱਚ ਕਦੇ ਰੌਲਾ ਨਹੀਂ ਪੈਂਦਾ। ਜਦੋਂ ਇਹ ਝੋਨੇ ਦੀ ਲਵਾਈ ਦੇ ਵਿੱਚ ਪੰਚਾਇਤਾਂ ਦੀ ਦਖਲਅੰਦਾਜ਼ੀ ਹੋ ਜਾਂਦੀ ਹੈ, ਸਭਾਵਾਂ ਦੀ ਦਖਲਅੰਦਾਜ਼ੀ ਹੁੰਦੀ ਹੈ, ਮਤੇ ਪੈਂਦੇ ਨੇ, ਉੱਧਰੋਂ ਮਜ਼ਦੂਰ ਜਥੇਬੰਦੀ ਉਹਨੂੰ ਪ੍ਰਵਾਨ ਨਹੀਂ ਕਰਦੀ, ਫਿਰ ਜਿਹੜੀ ਇਹ ਟਕਰਾਓ ਇਹਨਾਂ ਦੇ ਵਿੱਚ ਖੜ੍ਹਾ ਹੁੰਦਾ, ਜਿਹੜਾ ਕਿਸਾਨਾਂ ਮਜ਼ਦੂਰਾਂ ਦੀ ਏਕਤਾ ਦੇ ਵਿੱਚ ਬੜਾ ਅੜਿੱਕਾ ਬਣਦਾ, ਕਿਉਂਕਿ ਅੱਜ ਸਮੇਂ ਦੀ ਲੋੜ ਹੈ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਾਂਝ ਰੱਖ ਕੇ ਹਕੂਮਤ ਦੇ ਖਿਲਾਫ਼ ਸੰਘਰਸ਼ ਕਰਨ ਦੀ ਬਹੁਤ ਵੱਡੀ ਲੋੜ ਹੈ। ਇਸ ਕਰਕੇ ਉਹ ਜਿਹੜੀਆਂ ਗੱਲਾਂ ਜਿਹੜੀਆਂ ਮਜ਼ਦੂਰਾਂ ਅਤੇ ਕਿਸਾਨਾਂ ਨਾਲ ਦੇ ਵਿੱਚ ਵਖਰੇਵੇਂ ਖੜ੍ਹੇ ਕਰਦੀਆਂ ਹੋਣ, ਜਿਹੜੀਆਂ ਇਹਨਾਂ ਨੂੰ ਇੱਕ ਦੂਜੇ ਤੋਂ ਦੂਰ ਕਰਦੀਆਂ ਹੋਣ, ਉਹਨਾਂ ਤੋਂ ਚੌਕਸ ਰਹਿਣਾ ਚਾਹੀਦਾ, ਦੁਸਤ ਰਹਿਣਾ ਚਾਹੀਦਾ। ਇਹ ਗੱਲ ਠੀਕ ਹੈ ਵੀ ਇੱਥੇ ਨਾ ਮਜ਼ਦੂਰ ਸੌਖੇ ਨੇ ਨਾ ਕਿਸਾਨ ਸੌਖੇ ਨੇ, ਦੋਨਾਂ ਦਾ ਇੱਕ ਸਾਂਝਾ ਦੁਸ਼ਮਣ ਹੈ, ਫਿਰ ਵੀ ਕਿਸਾਨ ਭਰਾਵਾਂ ਦੇ ਕੋਲ ਉਹ ਮਜ਼ਦੂਰਾਂ ਦੇ ਨਾਲ ਉਹਨਾਂ ਦੀ ਹਾਲਤ ਚੰਗੀ ਹੁੰਦੀ ਹੈ, ਉਹ ਇਸ ਗੱਲ ਦੇ ਵਿੱਚ ਹੀ ਜ਼ਿੰਮੇਵਾਰੀ ਆਪਣੇ ਸਿਰ ਲੈਣ। ਜੇ 4 ਪੈਸਿਆਂ ਦਾ ਕੋਈ ਇੱਧਰ ਉੱਧਰ ਦਾ ਫਟਫਟ ਫਰਕ ਹੈ, ਉਹ ਵਖਰੇਵੇਂ ਕੱਢ ਕੇ ਮਜ਼ਦੂਰਾਂ ਨਾਲ ਸਾਂਝ ਬਣਾਈ ਰੱਖਣ, ਇਹ ਅੱਜ ਸਮੇਂ ਦੀ ਲੋੜ ਹੈ। ਇਸ ਕਰਕੇ ਅਸੀਂ ਇਕੱਠੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਨਾਲ ਲੈ ਕੇ ਇਹ ਸੰਘਰਸ਼ਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਨਾਲ ਜਿਹੜੇ ਸੰਘਰਸ਼ ਚੱਲਣੇ ਨੇ ਉਹਨਾਂ 'ਚ ਸਾਂਝੇ ਸੰਘਰਸ਼ ਚਲਾਉਣ ਦੇ ਵਿੱਚ ਕਾਮਯਾਬ ਹੋ ਕੇ ਆਪਣੀ ਸਫਲਤਾ ਹਾਸਲ ਕਰ ਸਕਦੇ।